नमस्कार मैं हूं अलका शर्मा और आप देख रहे हैं डेली हितेशी दोस्तों बीते दिनों सीए ए ब्रिजमोहन गुप्ता जी ने कोर्ट का दरवाजा खड़काया लुधियाना क्लब में इलेक्शंस को लेकर आइए जानते हैं उन्हीं से कि ऐसे कौन से कारण पैदा हो गए थे कि उन्हें कोर्ट को गुहार लगानी पड़ी ਹੈਲੋ ਸੇ ਸੇ ਤੁਹਾਡਾ ਨਾਮ ਬ੍ਰਿਜ ਮੋਹਨ ਗੁਪਤਾ ਚਾਰਟਡ ਅਕਾਊਂਟੈਂਟ ਸਰ ਜਿਵੇਂ ਕਿ ਦੇਖਣ ਨੂੰ ਮਿਲਿਆ ਹੈ ਤੁਸੀਂ ਲੁਧਿਆਣਾ ਕਲੱਬ ਦੇ ਵਿੱਚ ਇਲੈਕਸ਼ਨ ਕਰਾਏ ਜਾਣ ਇਸ ਨੂੰ ਲੈ ਕੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿਹੜੇ ਜੇ ਹਾਲਾਤ ਪੈਦਾ ਹੋਗੇ ਕਿ ਤੁਹਾਨੂੰ ਕੋਰਟ ਤੱਕ ਪਹੁੰਚਣਾ ਪਿਆ ਹਾਲਾਤ ਇਸ ਕਰਕੇ ਪੈਦਾ ਹੋਗੇ ਕਿਉਂਕਿ 20 ਸਾਲ ਤੋਂ ਇੱਥੇ ਕੋਈ ਇਲੈਕਸ਼ਨ ਹੋ ਨਹੀਂ ਸਿਰਿਆ ਕਲੱਬ ਦੀ ਕਨਸਟੀਟਿਊਸ਼ਨ ਦੀ ਕਲੌਜ਼ ਨੰਬਰ 20 ਦੇ ਮੁਤਾਬਕ ਐਵਰੀ 3 ਇਅਰਸ ਇੱਕ ਵਾਰੀ ਇਲੈਕਸ਼ਨ ਕਰਵਾਉਣਾ ਇਹਨਾਂ ਦੀ ਜ਼ਿੰਮੇਵਾਰੀ ਹੈ ਔਰ ਡਿਊਟੀ ਹੈਗੀ ਹੈ ਮਕਰ ਇਹਨਾਂ ਨੇ ਕੋਈ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕੋਈ ਇਲੈਕਸ਼ਨ ਨਹੀਂ ਕਰਵਾਏ ਇਹਨਾਂ ਨੂੰ ਇੱਕ ਵਾਰੀ ਅਸੀਂ ਨੋਟਿਸ ਵੀ ਦਿੱਤਾ ਕਿ ਲੱਭੀ ਇਲੈਕਸ਼ਨ ਹੋਣੇ ਚਾਹੀਦੇ ਆ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤਾ ਫਿਰ ਮਜਬੂਰ ਹੋ ਕੇ ਇਹਨਾਂ ਦੇ ਉੱਤੇ ਸਾਨੂੰ ਇੱਕ ਕੇਸ ਕਰਨਾ ਪਿਆ ਕਿ ਤੁਸੀਂ ਇਹ ਇਲੈਕਸ਼ਨ ਕਰਵਾਓ ਹੁਣ ਇਹਨਾਂ ਕੋਰਟ ਦੇ ਵਿੱਚ ਜਿਹੜਾ ਹੈ ਜੋ ਵੀ ਇਹਨਾਂ ਨੇ ਕੋਰਟ ਦੇ ਪ੍ਰੈਸ਼ਰ ਦੇ ਮੁਤਾਬਕ ਇਹਨਾਂ ਨੇ ਇਹ ਹੁਣ ਇਲੈਕਸ਼ਨ ਦੀ ਡੇਟ ਅਨਾਉਂਸ ਕੀਤੀ ਹੈ। ਤੇ ਸਿਚੜਾ ਲੁਧਿਆਣਾ ਕਲੱਬ ਹੈ ਇਹ ਪ੍ਰਾਈਵੇਟ ਕਲੱਬ ਹੈ ਕਿ ਗਵਰਨਮੈਂਟ? ਨਹੀਂ ਇਹ ਗਵਰਨਮੈਂਟ ਕਲੱਬ ਨਹੀਂ ਹੈ ਇਹ ਪ੍ਰਾਈਵੇਟ ਸੰਸਥਾ ਹੈ। ਠੀਕ ਹੈ। ਤੇ ਸਰ ਹਰ ਕਲੱਬ ਦਾ ਆਪਣਾ ਟਾਈਮ ਪੀਰੀਅਡ ਹੁੰਦਾ ਹੈ ਕਿ ਇੰਨੇ ਟਾਈਮ ਤੋਂ ਬਾਅਦ ਇਲੈਕਸ਼ਨ ਹੋਣੇ ਚਾਹੀਦੇ ਨੇ। ਤੁਹਾਡੇ ਕਲੱਬ ਦਾ ਟਾਈਮ ਲੈਪਸ ਕੀ ਹੈ ਕਿ ਇੰਨੇ ਬਾਅਦ ਇਲੈਕਸ਼ਨ ਹੋਣੇ ਚਾਹੀਦੇ ਨੇ? ਸਾਡੇ ਕਲੱਬ ਦਾ ਟਾਈਮ ਇਹ ਹੈ ਵੀ ਕਨਸਟੀਟਿਊਸ਼ਨ ਦੇ ਵਿੱਚ ਹੈ ਵੀ ਐਵਰੀ 3 ਇਅਰਸ ਇਕਵਰੀ ਇਲੈਕਸ਼ਨ ਹੋਣੇ ਚਾਹੀਦੇ ਹੈ। ਜਿਹੜੇ ਕਿ ਇੱਥੇ 20 ਸਾਲ ਤੋਂ ਹੋ ਹੀ ਨਹੀਂ ਰਹੇ ਹੈ। ਥੈਂਕ ਯੂ ਸਰ। ਹੈਲੋ ਸਰ। ਹੈਲੋ। ਸਰ ਤੁਹਾਡਾ ਨਾਮ? ਸਰ ਪਿਆਰ ਨਾਮ ਡਾਕਟਰ ਮੇਜ ਫਦਵਾ। ਮੈਂ ਚੇਅਰਮੈਨ ਰਿਆਂ ਪੰਜਾਬ ਹੌਮਪੇਟੇ ਕਾਉਂਸਲ ਦਾ। ਤੇ ਸਰ ਲੁਧਿਆਣਾ ਕਲੱਬ ਹੈ ਜਿਹੜਾ ਉਹਦੇ ਵਿੱਚ ਟੋਟਲ ਮੈਂਬਰ ਕਿੰਨੇ ਨੇ? ਟੋਟਲ ਮੈਂਬਰ ਆਹ ਰਾਉਂਡ ਅਬਾਊਟ 1280 ਦੇ ਕਰੀਬ ਹੋਣਗੇ। ਇਸੇ ਲੁਧਿਆਣਾ ਕਲੱਬ ਜਿਹੜਾ ਹੈ ਕਿੰਨਾ ਪੁਰਾਣਾ ਕਲੱਬ ਹੈ ਪਰ ਬਾਅਦ ਚ ਜਿਹੜੇ ਕਲੱਬ ਆਏ ਨੇ ਜਿਵੇਂ ਕਿ ਸਤਲੁਜ ਕਲੱਬ ਹੋ ਗਏ ਲੋਧੀ ਕਲੱਬ ਉਹ ਜ਼ਿਆਦਾ ਲਾਈਮਲਾਈਟ ਦੇ ਵਿੱਚ ਨਹੀਂ ਕਿਉਂ ਦੇਖੋ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਮੇਰੇ ਕੋਲ ਲੁਧਿਆਣਾ ਕਲੱਬ ਬੜੀ ਹੀ ਪ੍ਰਾਈਮ ਲੋਕੇਸ਼ਨ ਦੇ ਵਿੱਚ ਹੈ ਔਰ ਵਨ ਆਫ ਦਾ 올ਡੇਸਟ ਕਲੱਬ ਹੈ ਇਹ ਲੁਧਿਆਣਾ ਕਲੱਬ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਣੀ ਚਾਹੀਜੀ ਸੀ ਉਸੇ ਹਿਸਾਬ ਨਾਲ ਡਿਵੈਲਪਮੈਂਟ ਬਹੁਤ ਘੱਟ ਹੋਈ ਹੈ ਇਸੇ ਕਰਕੇ ਲੋਗ ਲੋਧੀ ਕਲਬ ਜਾਂ ਸਤਲੁਕ ਕਲਬ ਵੱਲ ਜ਼ਿਆਦਾ ਅਟ੍ਰੈਕਟ ਹੋਏ। ਔਰ ਅਸੀਂ ਹੁ ਨਚਾਣੇ ਆ ਕਿ ਅਸੀਂ ਇਸ ਕਲਬ ਨੂੰ ਇੰਪਰੂਵ ਕਰੀਏ। ਤਾਂਕਿ ਇਹ ਇੰਨਾ ਪੁਰਾਣਾ ਕਲਬ ਹੈ ਔਰ ਇੰਨਾ ਹੀ ਸੈਂਟਰਲੀ ਲੋਕੇਟਿਡ ਕਲਬ ਹੈ। ਔਰ ਇਹ ਜਿਹੜੀ ਰੈਪਿਊਟੇਸ਼ਨ ਹੈ ਅਸੀਂ ਚਾਹਨੇ ਆ ਔਰ ਇਹ ਜਿਹੜੀਆਂ ਕਲਬ ਦੇ ਫੈਸਿਲਿਟੀਆਂ ਹੈ ਸਾਰੀਆਂ ਅਸੀਂ ਸਾਰੀਆਂ ਇਹਨੂੰ ਬਹੁਤ ਬੈਟਰ ਕਰੀਏ ਤਾਂਕਿ ਸਾਡੇ ਮੈਂਬਰਸ ਔਰ ਹੋਰ ਵੀ ਦੂਜਾਣੇ ਦੇ ਲੋਕ ਇਸ ਕਲਬ ਵਿੱਚ ਪਾਰਟਿਸਪੇਟ ਕਰਨ। ਔਰ ਅਸੀਂ ਚਾਹਨੇ ਆ ਕਿ ਅਸੀਂ ਕਲੱਬ ਵਿੱਚ ਅਪਾਰਟ ਫਰਮ ਦਾ ਕਲੱਬ ਐਕਟੀਵਿਟੀਜ਼ ਕੁਝ ਸੋਸ਼ਲ ਐਕਟੀਵਿਟੀਜ਼ ਵੀ ਕਰੀਏ ਜਿਹੜੀਆਂ ਸਮਾਜ ਲਈ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਸਮਾਜ ਵਿੱਚ ਬਹੁਤ ਚੀਜ਼ਾਂ ਐਸੀਆਂ ਹੈ ਜਿਹੜੀਆਂ ਸਾਨੂੰ ਸੋਸ਼ਲੀ ਲੈਣੀ ਚਾਹੀਦੀਆਂ ਸਾਨੂੰ ਹਰ ਚੀਜ਼ ਗਵਰਨਮੈਂਟ ਤੋਂ ਐਕਸਪੈਕਟਿੰਗ ਕਰਨੀ ਚਾਹੀਦੀ ਸੋਸ਼ਲ ਲੈਵਲਸ ਬਹੁਤ ਹੈਗੀਆਂ ਤੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਲੱਬ ਨੂੰ ਇਸ ਪਰਸਪੈਕਟਿਵ ਲੈ ਕੇ ਜਾਈਏ ਕਿ ਅਸੀਂ ਸੋਸ਼ਲ ਲੈਵਲਸ ਨੂੰ ਫਾਇਟ ਫਾਇਟ ਕਰੀਏ ਫਿਰ ਜਿਹੜੇ ਸਾਡੇ ਮੈਂਬਰਸ ਹੈ ਜਦੋਂ ਉੱਥੇ ਆਉਂਦੇ ਹੈ ਉਹਨਾਂ ਨੂੰ ਪ੍ਰੋਪਰਟ ਮਾਸਟਰ ਮਿਲੇ ਔਰ ਉਹ ਅچھے ਤਰੀਕੇ ਦੇ ਨਾਲ ਮਤਲਬ ਇੱਕ ਉਹਨਾਂ ਨੂੰ ਸੈਟੀਸਫੈਕਸ਼ਨ ਹੋਵੇ ਕਿ ਅਸੀਂ ਇਸ ਵਿੱਚ ਕਲੱਬ ਦੇ ਮੈਂਬਰਾਂ ਆ। ਸਰ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ? ਹਾਂ ਜੀ। ਦੇਖੋ ਅਸੀਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਕਲੱਬ ਦੇ ਇਲੈਕਸ਼ਨਸ ਅਨਾਉਂਸ ਹੋ ਚੁੱਕੇ ਆ ਫਿਲਹਾਲ 19 April ਨੂੰ। ਅਸੀਂ ਚਾਹੁੰਦੇ ਆ ਕਿ ਜਿਹੜੇ ਇਲੈਕਸ਼ਨਸ ਬੜੇ ਟ੍ਰਾਂਸਪੇਰੈਂਟ ਤੇ ਫੇਅਰ ਹੋਣ ਔਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਆਪਣਾ ਗਵਰਨਮੈਂਟ ਅਫੀਸ਼ਰ ਅਪਾਇੰਟ ਕਰਨ ਜਿਹੜੇ ਸਾਰੇ ਇਲੈਕਸ਼ਨ ਨੂੰ ਵਾਚ ਕਰਨ ਔਰ ਇਲੈਕਸ਼ਨ ਜਿਹੜੇ ਹੋਣੇ ਚਾਹੀਦੇ ਆ ਉਹ ਫੇਅਰ ਔਰ ਟ੍ਰਾਂਸਪੇਰੈਂਟ ਹੋਣੇ ਚਾਹੀਦੇ ਆ ਕਿਉਂਕਿ ਇਹ ਸਾਨੂੰ ਲੱਗਦਾ ਕਿ ਪ੍ਰਸ਼ਾਸਨ ਪ੍ਰਸ਼ਾਸਨ ਦੀ ਵਿੱਚ ਜਦੋਂ ਤੱਕ ਇੰਟਰਫੇਅਰ ਨਹੀਂ ਕਰੇਗਾ ਜਦ ਤੱਕ ਕੋਈ ਗਵਰਨਮੈਂਟ ਅਫੀਸ਼ਰ ਅਪਾਇੰਟ ਨਹੀਂ ਕਰੇਗਾ ਪ੍ਰਸ਼ਾਸਨ ਤਦ ਤੱਕ ਇਲੈਕਸ਼ਨ ਫੇਅਰ ਨਹੀਂ ਹੋਣਗੇ ਸਾਡੀ ਬੜੀ ਪੁਰਜ਼ੋਰ ਅਪੀਲ ਹੈ ਪ੍ਰਸ਼ਾਸਨ ਨੂੰ ਕਿ ਇਸ ਵਿੱਚ ਪੂਰਾ ਇੰਟਰਸਟ ਰੱਖੇ ਕੋਈ ਅੱਛਾ सीनियर ऑफिसर अपॉइंट करन जेड़ा इलेक्शंस नु पूरा वॉच करे और इलेक्शंस नु कराए थैंक यू सर दूसरी तरफ लुधियाना क्लब के प्रधान केवल छाबड़ा जी का कहना है हम चुनाव कराने के लिए तैयार हैं क्लब की सेवा करने के लिए कोई भी आगे आए तो हमें खुशी ही होगी हेलो सर हेलो सर तोड नाम केएल अरोड़ा जनरल सेक्रेटरी लुधियाना क्लब सर जेड़े इलेक्शन होने वाले 19 अप्रैल नु से बारे की कहना चाहते ਸਾਡੀ ਮੈਨੇਜਿੰਗ ਕਮੇਟੀ ਨੇ ਡਿਸਾਈਡ ਕੀਤਾ ਹੈ ਕਿ ਅਸੀਂ 19 ਅਪ੍ਰੈਲ ਨੂੰ ਜਨਰਲ ਬਾਡੀ ਜਨਰਲ ਇਲੈਕਸ਼ਨ ਕਰਾਵਾਂਗੇ ਆਪਣੀ ਕਲੱਬ ਦੇ ਔਰ ਹੁਣ ਅਸੀਂ ਇਹੀ ਫੈਸਲਾ ਕੀਤਾ ਹੈਗਾ ਕਿ 19 ਨੂੰ ਹੀ ਹੋਣਗੇ ਅਗਰ ਕੋਈ ਆਫੀਸ਼ੀਅਲ ਲਈ ਸਾਨੂੰ ਕੋਈ ਲੇਟ ਕਰਨ ਲਈ ਕਹਿੰਦੇ ਨੇ ਗਵਰਨਮੈਂਟ ਕਹਿੰਦੀ ਆ ਜਾਂ ਡਿਪਟੀ ਕਮਿਸ਼ਨਰ ਕਹਿੰਦਾ ਹੈ ਤਾਂ ਉਹ ਡੇਟ ਥੋੜੀ ਜੀ ਅੱਗੇ ਪੋਸਟਪੋਨ ਕੀਤੀ ਲੇਕਿਨ ਇਲੈਕਸ਼ਨ ਅਸੀਂ 19 ਨੂੰ ਹੀ ਕਰਾਵਾਂਗੇ ਸੇ ਲੁਧਿਆਣਾ ਕਲੱਬ ਦੇ ਵਿੱਚ ਹਲੇ ਕੀ ਕੀ ਡਿਵੈਲਪਮੈਂਟ ਹੋਈ ਹੈ ਲੁਧਿਆਣਾ ਕਲੱਬ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਕਾਫੀ ਡਿਵੈਲਪਮੈਂਟ ਹੋਈ ਹੈ ਸਾਰੇ ਮੈਨੇਜਰ ਸਾਰੇ ਮੈਂਬਰਾਂ ਨੂੰ ਇਹ ਗੱਲ ਅਸੀਂ ਦੱਸ ਦਿੱਤੀ ਹੈ ਆਪਣੀ ਅਨਾਉਂਸਮੈਂਟ ਦੇ ਵਿੱਚ ਔਰ ਸਭ ਨੂੰ ਪਤਾ ਹੈ ਜਿਹੜੇ ਕਲੱਬ ਆਂਦੇ ਨੇ ਜਿਹੜੇ ਨਹੀਂ ਆਂਦੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਬਹੁਤ ਹੀ ਡਿਵੈਲਪਮੈਂਟ ਹੋਈ ਹੈ ਥੈਂਕ ਯੂ ਸਰ लुधियाना क्लब के मेंबर से बात करके हमने यही जाना कि वो चाहते हैं कि जो 19 अप्रैल को इलेक्शन होने वाले हैं, वो पूरी तरह से ट्रांसपेरेंट हो इसलिए गवर्नमेंट को ही अपना लोयल ऑफिशियल अपॉइंट करें। देखते रहे डेली हितेशी। वॉइस ऑफ नेशन